जी अस्सलामुअलैकुम लेंदे पंजाब दे सोने पंजाब दे जिन्ने भी देखने वाले नाजरीन हाजरीन, जिदा तुहानू पता है कि साढ़े चढ़ते पंजाब दे विच साढ़े किसान भरावां नाल बड़ा जुल्म किया जा रहा है। मोदी सरकार ने उत्थे ऐसे ऐसे कानून बनाते हैं जिहदे विच उन्हां नू जकड़बंद करता गया है। असी उन्हां दे नाल हाँ, मोदी सरकार नू कहना चाहांगे जिहड़े तुसीं उह कानून बनाए आ जनाब, ਤੁਸੀਂ ਕਾਨੂੰਨ ਬਣਾਇਆ ਫਲੋਰ ਪ੍ਰਾਈਸ ਖਤਮ ਕਰਤੀ ਹੈ, ਪ੍ਰਾਈਵੇਟ ਪਲੇਅਰਸ ਮਾਰਕੀਟ 'ਚ ਲੈਂਦੇ ਆ, ਕੀ ਚੇਨ ਗਰੋਸਰੀਜ਼ ਬਣਨਗੀਆਂ, ਉਹ ਡਿਮਾਂਡ ਐਂਡ ਸਪਲਾਈ ਦੇ ਰੂਲ ਦੇ ਤਹਿਤ ਖਰੀਦਦਾਰੀ ਕਰਨਗੀਆਂ। ਅਸੀਂ ਆਪਣੇ ਚੜ੍ਹਦੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਰੂਰਲ ਨਹੀਂ ਦੇਵਾਂਗੇ। ਕਿਸਾਨ ਵੀ ਵੇਚਦਾ ਹੈ ਤਾਂ ਪੂਰੀ ਦੁਨੀਆ ਖਾਂਦੀ ਹੈ, ਕਿਸਾਨ ਦੁੱਧ ਪੁੰਦਾ ਹੈ ਤਾਂ ਪੂਰੀ ਦੁਨੀਆ ਦੁੱਧ ਪੀਂਦੀ ਹੈ। ਤੁਸੀਂ ਕਿਹੜੀ ਸ਼ੈਅ ਖਰੀਦੋਗੇ? ਜਿਹੜੀ ਵੀ ਚੀਜ਼ ਤੁਸੀਂ ਮੰਡੀਓਂ ਖਰੀਦੋਗੇ, ਮਾਰਕੀਟੋਂ ਖਰੀਦੋਗੇ, ਕੱਪੜਾ ਖਰੀਦੋਗੇ ਕਿੱਥੋਂ ਆਇਆ? ਰੂਈ ਕਪਾਹ ਤੋਂ ਆਇਆ। ਤੁਸੀਂ ਬਿਸਕਟ ਖਰੀਦੋਗੇ ਕਿੱਥੋਂ ਆਇਆ? ਮੈਦਾ ਕਿੱਥੋਂ ਨਿਕਲਿਆ? ਕਣਕ ਚੋਂ ਨਿਕਲਿਆ। ਕਿਸਾਨ ਦਾ ਇਸਤਸਾਲ ਹੁੰਦਾ ਆ ਰਿਹਾ ਹੈ ਪੰਜਾਬ ਚੜ੍ਹਦੇ ਵਿੱਚ ਵੀ ਔਰ ਪੰਜਾਬ ਲਹਿੰਦੇ ਵਿੱਚ ਵੀ, ਤੇ ਅਸੀਂ ਇਸ ਟਾਈਮ ਆਪਣਾ ਪੁਰਜ਼ੋਰ ਮਜ਼ੰਮਤ ਕਰਦੇ ਹਾਂ ਮੋਦੀ ਸਰਕਾਰ ਦੀ। ਮੋਦੀ ਸਰਕਾਰ, ਤੁਸੀਂ 100 ਗੰਢੇ ਵੀ ਖਾਣੇ ਆ ਤੇ 100 ਛਿੱਤਰ ਵੀ ਖਾਣੇ ਆ, ਬੰਦੇ ਦੇ ਪੁੱਤ ਬਣ ਜਾਓ ਔਰ ਜਿੰਨੇ ਤੁਸੀਂ ਕਾਨੂੰਨ ਲਾਇਆ ਤਰਮੀਮਾਂ ਕੀਤੀਆਂ ਖਤਮ ਕਰੋ। ਅਸੀਂ ਸਾਡੇ ਚੜ੍ਹਦੇ ਪੰਜਾਬ ਦੇ ਕਿਸਾਨਾਂ ਨੂੰ ਰਿਲੀਫ ਦਿੱਤਾ ਜਾਵੇ। ਅਸੀਂ ਲਹਿੰਦੇ ਪੰਜਾਬ ਵਾਲੇ ਉਹਨਾਂ ਦੇ ਨਾਲ ਹਾਂ, ਉਹਨਾਂ ਦੇ ਹਰ ਦੁੱਖ ਦਰਦ ਦੇ ਨਾਲ ਹਾਂ, ਉਹਨਾਂ ਦੇ ਅਸੀਂ ਨਾਲ ਹਰ ਚੀਜ਼ ਵੰਡਾਂਗੇ। ਸਾਡੇ ਉਹ ਭਰਾ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਚੜ੍ਹਦੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਜ਼ੁਲਮ ਖਤਮ ਕੀਤਾ ਜਾਵੇ। ਔਰ ਅਸੀਂ ਆਪਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੂੰ ਵੀ ਕਹਾਂਗੇ ਕਿ ਜ਼ਰੂਰ ਇੰਟਰਨੈਸ਼ਨਲ ਲੈਵਲ 'ਤੇ, ਇਕਵਾਮੀ ਮੁਤਹਿਦਾ ਦੇ ਲੈਵਲ 'ਤੇ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਕਿਸਾਨ ਭਰਾ, ਉਹਨਾਂ ਦੇ ਉੱਪਰ ਜਿਹੜਾ ਇਸਤਸਾਲ ਮੋਦੀ ਸਰਕਾਰ ਕਰ ਰਹੀ ਹੈ, ਹਿਟਲਰ ਮੋਦੀ ਹਿਟਲਰ ਜਿਹੜਾ ਉਹਨਾਂ ਦਾ ਇਸਤਸਾਲ ਕਰ ਰਿਹਾ, ਉਹ ਖਤਮ ਕੀਤਾ ਜਾਵੇ, ਜਲਦ ਅਜ ਜਲਦ ਖਤਮ ਕੀਤਾ ਜਾਵੇ। ਇਸੇ ਕਰਕੇ ਤੁਹਾਡੇ ਅੱਗੇ ਇਲਤਜਾ ਹੈ, ਖਤਮ ਕਰੋ। ਸ਼ੁਕਰੀਆ। ਯਾ ਹਯੋ ਯਾ ਕਯੋਮ। ਅਸਲਾਮੁਅਲੈਕੁਮ ਚੜ੍ਹਦੇ ਪੰਜਾਬ ਦੇ ਸਾਥੀ, ਅਸੀਂ ਤੁਹਾਡੇ ਨਾਲ ਹਾਂ।